ਤੁਸੀਂ ਸਾਰਿਆਂ ਨੇ ਇੱਕ ਹੋ ਕੇ ਹਰਮੀਤ ਸਿੰਘ ਪਠਾਨਵਾ ਜਿਹੜੇ ਦਾ ਸਾਥ ਦਿੱਤਾ ਹੈ ਤੇ ਐਡੀ ਵੱਡੀ ਜਿੱਤ ਦਵਾਈ ਹੈ। ਇਸ ਕਰਕੇ ਮੈਂ ਸਮੁੱਚੇ ਆੜਤੀਆਂ ਦਾ ਵੀ ਜੈ ਹੋ। ਸਰਦਾਰ ਹਰਮੀਤ ਸਿੰਘ ਪਠਾਨਵਾ ਜਿਹੜਾ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਸਰਦਾਰ ਹਰਮੀਤ ਸਿੰਘ ਪਠਾਨਵਾ ਜਿਹੜਾ ਜ਼ਿੰਦਾਬਾਦ, ਇਸ਼ੂ ਪ੍ਰਧਾਨ अज दी प्रधानगी का मैटर यह समुची जिन्हें भी सब्जी मंडी के आढ़ती ने समुचिया ने फैसला किया कि अज प्रधान की चोण करनी है। उहदे विच अमन नूं सर्वसम्मति नाल सारे आढ़ती एसोसीएशन ने सब्जी मंडी दिया ने इहनूं प्रधान चुणिया। अगे आ सब्जी मंडी दीआं समस्यावां ने पहलों भी साडा MLA सरदार हरमीत सिंह जी पठानमाजरा इत्थे गुंडा टिक लगदा सी जां होर सीगा धक्के नाल कब्जे होए होए सीगे उहनां नूं हटाया ते इत्थे 9.25 लाख रुपया महीने की लुट की जाती सी चाहे किसानों तो चाहे आढ़तियों तो उन्होंने बंद कराया। उन्होंने संयोग नाल उन्होंने आशीर्वाद है इनू अमन नू MLA साहब का जेड़े रहिंदियां भी कोई मुसीबत ने मुश्किलों ने आढ़तियों के ने जिमीदारा दिया ने जां लेबर दिया ने उन्होंने सारिया नू असी विश्वास दवाने ये मुंडा नौजवान है काम करन जानता है वो सारिया नू हल करेगा। कोई भी गुंडा टैक्स है ना वो नहीं लग रहा उनके बारे कोई भी बंदा कर सकता जो गवर्नमेंट वालों कोई सरकारी फीस लाई हुई है 10-20-50 रुपये वो ही चार्जिंग की जाती है। अगर कोई बंदा ये साबित कर दे कि गुंडा टैक्स अज भी चल रहा है असी वो जवाब दें ਉਹਦਾ ਅਸੀਂ ਹੱਲ ਹੁਣੇ ਕਰਕੇ ਫਿਰ ਸਬਜ਼ੀ ਮੰਡੀ ਚੋਂ ਬਾਹਰ ਨਿਕਲਾਂਗੇ। ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਸਾਰੇ ਆਪਣੇ ਆੜਤੀ ਭਰਾਵਾਂ ਨੂੰ ਅੱਜ ਅਸੀਂ 30 ਸਾਲ ਬਾਅਦ ਦੋਨੋਂ ਗਰੁੱਪ ਸਾਡੇ ਇਕੱਠੇ ਹੋਏ ਆ ਇੱਕ ਮੰਚ ਤੇ ਆਏ ਆ ਤੇ ਸਰਦਾਰ ਹਰਮੀਤ ਸਿੰਘ ਜੀ ਪਠਾਨਮਾਜਰਾ ਸਾਹਿਬ ਸਾਡੇ MLA ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਸ ਮੰਡੀ ਨੂੰ 6 ਮਹੀਨੇ ਤੱਕ ਪੰਜਾਬ ਦੀ ਸਭ ਤੋਂ ਵਧੀਆ ਮੰਡੀ ਅਤੇ ਸਭ ਤੋਂ ਸਾਫ਼ ਸੁਥਰੀ ਮੰਡੀ ਬਣਾਵਾਂਗੇ। ਜਿਹੜੇ ਅਫਸਰਸ਼ਾਹੀ ਦਾ ਧੱਕਾ ਸਾਡੇ ਆੜਤੀ ਭਰਾਵਾਂ 'ਤੇ ਹੁੰਦਾ ਉਹ ਅਸੀਂ ਮਤਾ ਪਾ ਕੇ ਅੱਜ ਸਾਰਾ ਬੰਦ ਕਰਨ ਜਾ ਰਹੇ ਹਾਂ। ਜਿਹੜਾ ਫੀਸਾਂ ਦਾ ਰੌਲਾ ਸੀਗਾ ਕਿਸੇ ਆੜਤੀ 'ਤੇ ਵੱਧ ਭਾਰ ਪਾਉਂਦੇ ਸੀ ਕਿਸੇ ਆੜਤੀ 'ਤੇ ਘੱਟ ਭਾਰ ਪਾਉਂਦੇ ਸੀਗੇ ਉਹ ਸਾਰਾ ਅੱਜ ਅਸੀਂ ਖਤਮ ਕਰ ਦੇਣਾ। ਅੱਜ ਤੋਂ ਹੀ ਹੁਣੀ ਤੋਂ ਹੀ ਸ਼ੁਰੂ ਕਰ ਰਹੇ ਹਾਂ ਇੱਕ ਪ੍ਰੋਗਰਾਮ ਅਸੀਂ ਆਪਣਾ ਅਤੇ ਜਿਹੜਾ ਗੁੰਡਾ ਟੈਕਸ ਹੈ ਉਹ ਤੁਹਾਨੂੰ ਪਤਾ ਸਾਡੀ ਜਿੱਦਣ ਸਰਕਾਰ ਆਈ ਆ ਉਸ ਤੋਂ 24 ਘੰਟੇ ਦੇ ਅੰਦਰ ਅੰਦਰ ਅਸੀਂ ਇੱਥੇ ਬੰਦ ਕਰਤਾ ਸੀਗਾ। ਆਹ ਸਾਹਮਣੇ ਫਾੜਾ ਦੇਖੋ ਜਿਹੜੇ ਇੱਥੇ ਦੱਬੇ ਹੋਏ ਸੀ ਲੋਕਾਂ ਨੇ ਸਾਰੇ ਖਾਲੀ ਕਰਾ ਲਏ। ਜਿਹੜਾ ਆੜਤੀ ਇੱਥੇ ਕੰਮ ਕਰਦਾ ਉਹਨਾਂ ਨੂੰ ਹੀ ਇਹ ਫੜ ਮਿਲੇਗਾ।